ਬੰਗਲਾ ਸਾਹਿਬ ਇਹ ਰਾਜਾ ਜੈ ਸਿੰਘ ਦਾ ਬੰਗਲਾ ਹੈ। ਇਹ ਗੁਰੂ ਘਰ ਦਾ ਸ਼ਰਧਾਲੂ ਸੀ ਰਾਜਾ ਜੈ ਸਿੰਘ। ਇਹਦੇ ਬੰਗਲੇ ਚ ਰਹਿਸ਼ ਰੱਖੀ ਮਹਾਰਾਜ ਨੇ, ਭਾਵੇਂ ਹੋਰ ਪ੍ਰੇਮੀਆਂ ਦੇ ਘਰ ਵੀ ਠਹਿਰੇ ਸੀ ਮਹਾਰਾਜ। ਇੱਥੇ ਕੁੰਡ ਦੇ ਵਿੱਚ ਚਰਨ ਰੱਖਿਆ, ਜਿਹਨੂੰ ਚਰਨ ਪਾਓ ਗੁਰੂ ਘਰ ਦੇ ਵਿੱਚ ਉੱਥੇ ਸੰਗਤਾਂ ਚੁਲਾ ਲੈਂਦੀਆਂ ਨੇ ਹੁਣ ਵੀ। ਜਿਹੜਾ ਇੱਥੋਂ ਜਲ ਛਕ ਲੇਗਾ, ਇਸ਼ਨਾਨ ਕਰ ਲੇਗਾ, ਸਾਰੀ ਦਿੱਲੀ ਦੀ ਚੇਚਕ ਦੂਰ ਕੀਤੀ ਮਹਾਰਾਜ ਨੇ ਆਪਣੇ ਸਰੀਰ ਤੇ ਲੈ ਲਈ। ਸਰੀਰ ਦਾ ਪਰਿਤਿਆਗ ਕਰਨ ਲੱਗੇ ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਆਪਨੇ ਸੱਚਖੰਡ ਜਾਣ ਦੇ ਤਿਆਰੇ ਕਰ ਲਿਆ ਤੇ ਸੰਗਤਾਂ ਨੂੰ ਕਿਹਦੀ ਬਾਂਹ ਫੜਾ ਚੱਲੇ ਹੋ, ਕੌਣ ਸੰਗਤ ਦੀ ਅਗਵਾਈ ਕਰੇਗਾ। ਇਸ਼ਾਰਾ ਕੀਤਾ ਵੀ ਸਮੱਗਰੀ ਦਾ ਸਮਾਨ ਲਿਆਓ, 5 ਪੈਸੇ ਨਾਰੀਅਲ, ਸਮੱਗਰੀ ਦਾ ਸਮਾਨ ਥਾਲੀ ਚ ਰੱਖ ਕੇ ਮਹਾਰਾਜ ਦੇ ਕੋਲ ਕੀਤਾ। 8ਵੇਂ ਪਾਤਸ਼ਾਹ ਨੇ ਹੌਲੀ ਹੌਲੀ ਹੱਥ ਨਾਲ ਉਹਦੀਆਂ 4 ਪ੍ਰਕਰਮਾਂ ਕੀਤੀਆਂ, ਜਿਵੇਂ ਗੁਰੂ ਗੁਰਤਾ ਗੱਦੀ ਦੇਣ ਲੱਗਿਆ 4 ਪ੍ਰਕਰਮਾਂ ਕਰਿਆ ਕਰਦੇ ਸੀ, ਹੱਥ ਨਾਲ 4 ਪ੍ਰਕਰਮਾਂ ਕੀਤੀਆਂ ਤੇ ਬਚਨ ਕੀਤਾ ਕਿ ਸਾਡਾ ਬਾਬਾ ਲੱਗਦਾ ਹੈ। ਵੈਸੇ ਬਾਬਾ ਵੱਡੇ ਨੂੰ ਆਖਿਆ, ਜਿਹਦੀ ਕਰਨੀ ਵੱਡੀ ਹੈ, ਜਿਹਦੇ ਚ ਗੁਣ ਵੱਡੇ ਨੇ, ਉਹ 7 ਸਾਲ ਦੇ ਵੀ ਗੁਰੂ ਘਰ ਚ ਬਾਬੇ ਅਖਵਾਏ ਆ। ਬਾਬਾ ਫਤਿਹ ਸਿੰਘ ਜੀ 7 ਸਾਲ ਦੇ ਬਾਬੇ ਅਖਵਾਏ ਆ, ਉਹਨਾਂ ਦੀ ਕਰਨੀ ਵੱਡੀ ਹੈ, ਸ਼ਹਾਦਤਾਂ ਵੱਡੀਆਂ ਨੇ ਤੇ 9ਵੇਂ ਪਾਤਸ਼ਾਹ 8ਵੇਂ ਪਾਤਸ਼ਾਹ ਦੇ ਦਾਦੇ ਲੱਗਦੇ ਆ ਤੇ 8ਵੇਂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਵੀ ਸਾਡਾ ਬਾਬਾ ਲੱਗਦਾ ਹੈ ਤੇ ਬਕਾਲੇ ਵਿੱਚ ਤਪ ਕਰ ਰਿਹਾ ਹੈ, ਉਹ ਸੰਗਤਾਂ ਦਾ ਭਲਾ ਕਰਨਗੇ। ਇਹ ਬਚਨ ਕੀਤਾ ਤੇ ਆਪ ਸੱਚਖੰਡ ਜਾਣ ਦੇ ਤਿਆਰੇ ਕਰ ਲਏ। ਇਹ ਗੁਰਤਾ ਗੱਦੀ ਦੀ ਸਮੱਗਰੀ ਦੇ ਕੇ 5 ਸਿੱਖਾਂ ਨੂੰ ਮਰ ਨੇ ਬਕਾਲੇ ਭੇਜਿਆ। ਇਹ ਜਾ ਕੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਮੱਗਰੀ ਭੇਟਾ ਕੀਤੀ ਉਹਨਾਂ ਗੁਰਸਿੱਖਾਂ ਨੇ। ਸਾਧ ਜੀ 9ਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਜੋ ਉਹਨਾਂ ਦਾ ਬਚਨ ਹੈ, ਪਰ ਤੁਹਾਨੂੰ ਇਹ ਸਾਡਾ ਹੁਕਮ ਹੈ, ਤੁਸੀਂ ਬਾਹਰ ਨਿਕਲ ਕੇ ਕਿਸੇ ਨੂੰ ਦੱਸਣਾ ਨਹੀਂ ਹੈ। ਸਿੱਖ ਉਹ ਹੈ ਜਿਹੜਾ ਗੁਰੂ ਦਾ ਹੁਕਮ ਮੰਨਦਾ ਹੈ। ਸਾਧ ਸੰਗਤ ਜੀ ਉਹਨਾਂ 5 ਸਿੱਖਾਂ ਨੂੰ ਹੁਕਮ ਕੀਤਾ 9ਵੇਂ ਪਾਤਸ਼ਾਹ ਨੇ, ਜੇ ਸਾਡੇ ਸਿੱਖੋਂ ਬਾਹਰ ਜਾ ਕੇ ਕਿਸੇ ਕੋਲ ਗੱਲ ਨਹੀਂ ਕਰਨੀ, ਤੁਸੀਂ ਸੱਚਖੰਡ ਚਲੇ ਗਏ 8ਵੇਂ ਪਾਤਸ਼ਾਹ ਮਹਾਰਾਜ। ਸੋ ਸਾਧ ਸੰਗਤ ਜੀ ਜਿਹੜੇ ਗੁਰੂ ਕੇ ਜਿਹੜੇ ਭੱਲੇ ਬੇਦੀ ਸੋਢੀ ਇਹ ਸਾਰੇ ਬਹੁਤੇ ਆ ਕੇ ਉੱਥੇ ਬਾਬੇ ਬਕਾਲੇ ਗੁਰੂ ਬਣ ਕੇ ਬਹਿ ਗਏ। ਇਹਨਾਂ ਵਿੱਚੋਂ ਸਭ ਤੋਂ ਵੱਡਾ ਦਾਅਵੇਦਾਰ ਸੀ ਧੀਰ ਮੱਲ।
ਇਹਦੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੀ, ਪੰਜਵੇਂ ਪਾਤਸ਼ਾਹ ਵਾਲੀ ਬੀੜ ਬਾਕੀ ਗੁਰੂ ਕਿਆਂ ਸਬੰਸ ਵਿੱਚੋਂ ਸੀ। ਇਤਿਹਾਸ ਵਿੱਚ 22 ਮੰਜੀਆਂ ਲਿਖੀਆਂ ਹੋਈਆਂ ਨੇ ਵੀ 22 ਮੰਜੀਆਂ ਗੁਰੂ ਡਾਕ ਬੈਠੇ ਸੀ, 22 ਮੰਜੀਆਂ ਸਾਧ ਜੀ ਇੱਥੇ 22 ਗੁਰੂ ਬਣੇ ਬੈਠੇ ਨੇ। ਹੁਣ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਤੱਤ ਵਿਚਾਰ ਹੈ, ਤੱਤ ਵਿਚਾਰ। ਤੱਤ ਵਿਚਾਰ ਦਾ ਮਤਲਬ ਇਸ ਤੇ ਅੱਗੇ ਕੋਈ ਵਿਚਾਰ ਨਹੀਂ ਹੈ ਵੀ ਜਿੰਨਾ ਚਿਰ ਤੈਨੂੰ ਪੂਰਾ ਗੁਰੂ ਨਹੀਂ ਨਾ ਮਿਲਦਾ, ਜਿੰਨਾ ਚਿਰ ਤੂੰ ਪੂਰੇ ਦੀ ਸੰਗਤ ਨਹੀਂ ਕਰਦਾ, ਤੇਰਾ ਉਧਾਰ ਨਹੀਂ ਹੋ ਸਕਦਾ। ਮੱਖਣ ਸ਼ਾਹ ਇਹ ਪੁਸ਼ਤ ਦਰ ਪੁਸ਼ਤ ਗੁਰੂ ਨਾਨਕ ਦੇ ਘਰ ਦਾ ਸੇਵਕ ਚੱਲਿਆ ਹੁੰਦਾ, ਪੁਸ਼ਤ ਦਰ ਪੁਸ਼ਤ ਪਿੱਛੋਂ। ਬੜਾ ਵੱਡਾ ਅਮੀਰ ਹੈ, 600 ਗੱਡਾ ਤੇ ਪਤਾ ਨੀ ਕਿੰਨੇ ਕੁ ਛਿਪ ਚੱਲਦੇ ਸੀ, ਏਡਾ ਅਮੀਰ ਬੰਦਾ ਸੀ। ਤੇ ਸਰਕਾਰ ਦਾ ਜਿੰਨਾ ਰਾਸ਼ਨ ਸੀ ਪਹੁੰਚਾਉਂਦਾ ਸੀ, ਤੇ ਸਰਕਾਰੇ ਦਾ ਬੜਾ ਅਸਰ ਸੀ ਮੱਖਣ ਸ਼ਾਹ ਦਾ, ਪੁੱਜਦਾ ਅਮੀਰ ਸੀ। ਇਹਦਾ ਜਹਾਜ਼ ਗੱਡ ਗਿਆ ਬਰੇਤੀ ਚ, ਬੜਾ ਯਤਨ ਕੀਤਾ ਨਹੀਂ ਨਿਕਲਦਾ, ਛੱਲਾਂ ਪੈ ਰਹੀਆਂ ਨੇ ਸਮੁੰਦਰ ਚ ਉੱਠ ਉੱਠ ਕੇ, ਹੋਰ ਕੋਈ ਆਸਰਾ ਨਹੀਂ। ਹੁਣ ਦੇਗ ਬਣਾਈ ਮੱਖਣ ਸ਼ਾਹ ਨੇ, ਜਪਜੀ ਸਾਹਿਬ ਦਾ ਪਾਠ ਕੀਤਾ, ਅਰਦਾਸ ਕੀਤੀ, ਸੱਚੇ ਪਾਤਸ਼ਾਹ ਕਿਹੜੇ ਦਰ ਤੇ ਜਾਈਏ ਹੁਣ ਤੇਰਾ ਦਰ ਛੱਡ ਕੇ। ਅਰਦਾਸਾਂ ਬੇਨਤੀਆਂ ਮੱਖਣ ਸ਼ਾਹ ਨੇ ਜਦੋਂ ਕੀਤੀਆਂ, ਅਰਦਾਸ ਕੀਤੀ, ਗੜਿਆ ਜਾ ਚੱਲ ਪਿਆ, ਚੱਲ ਪੈਂਦੇ ਨੇ ਜਾ ਸਾਧ ਸਿੰਘ ਜੀ। ਅਰਦਾਸ ਕੀਤੀ ਸੀ 500 ਮੋਹਰ ਗੁਰੂ ਕੇ ਲੰਗਰ ਚ ਮੈਂ ਪਾਊਂਗਾ, ਦਸਵੰਧ ਦੀ ਮਾਇਆ ਤੇ 500 ਮੋਹਰ। ਸਾਧ ਸਿੰਘ ਜੀ ਸਾਧ ਸਮਾਨ ਆਪੋ ਆਪਣੇ ਟਿਕਾਣਿਆਂ ਤੇ ਬਚਾ ਕੇ ਆਇਆ ਦਿੱਲੀ। ਦਿੱਲੀ ਦੀ ਸੰਗਤ ਨੇ ਦੱਸਿਆ ਜੀ ਬਚਨ ਕਰ ਗਏ ਨੇ ਬਾਬਾ ਬਸੇ ਗ੍ਰਾਮ ਬਕਾਲੇ। ਦਿੱਲੀ ਦੀ ਸੰਗਤ ਨਾਲ ਕੋਈ ਫੌਜੀ ਸਿਪਾਹੀ ਬਕਾਲੇ ਆ ਗਿਆ, ਇੱਥੇ ਆ ਕੇ ਦੇਖਿਆ ਕਿ ਇੱਥੇ ਤਾਂ 22 ਗੁਰੂ ਬਣੇ ਬੈਠੇ ਨੇ, ਕਿਹੜਾ ਗੁਰੂ ਹੈ ਜਿਹਨੇ ਮੇਰਾ ਜਹਾਜ਼ ਪਾਰ ਲਾਇਆ? ਕਿਹਦੇ ਅੱਗੇ ਅਰਦਾਸ ਪੂਰੀ ਹੋਈ ਸੀ? ਵਪਾਰੀ ਸੀ ਨਾ, ਵਪਾਰੀ ਦੇ ਵਿੱਚ ਇੱਕ ਗੁਣ ਹੁੰਦਾ, ਉਹ ਖੋਟਾ ਤੇ ਖਰਾ ਪਰਖ ਲੈਂਦਾ। ਫਿਰ ਉਹਨੇ ਅਰਦਾਸ ਕੀਤੀ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ, ਤੂੰ ਆਪਣੀ ਭੇਟਾ ਆਪ ਹੀ ਮੰਗ ਕੇ ਲੈ ਲਈ, ਹੁਣ ਮੈਂ ਤਾਂ ਦੁਬਿਧਾ ਚ ਪੈ ਗਿਆ, ਸੰਗਤਾਂ ਐਵੇਂ ਲੁੱਟੀਆਂ ਜਾ ਰਹੀਆਂ ਨੇ। ਦੋ ਦੋ ਮੋਹਰਾਂ, ਕੋਈ 5 ਕਹਿੰਦਾ, ਕੋਈ 2 ਕਹਿੰਦਾ, ਚਲੋ ਇਹ ਤਾਂ ਵਿਚਾਰ ਹੈ, ਐਵੇਂ ਇਸ ਗੱਲ ਚ ਨਹੀਂ ਪੈ ਲਓ ਜੀ। ਇਹਨਾਂ ਨੇ 2 ਹੀ ਆਪ ਛੱਡੀਆਂ, ਉਹਨੇ ਤਾਂ 5-5 ਮੱਥਾ ਟੇਕੀਆਂ ਸਨ, ਇੱਥੇ ਖੜ ਜਾਂਦੇ ਨਾ ਮਨ। ਉਹ 2-2 ਮੋਹਰਾਂ ਰੱਖ ਕੇ ਮੱਥਾ ਟੇਕਣ ਲੱਗ ਪਿਆ, ਆਓ ਭਗਤ ਬੜੀ ਕਰਦੇ ਆ, ਪਰ ਉਹਦੇ ਅੰਦਰ ਦੀ ਭਰਮ ਦੀ ਗੰਢ ਨਹੀਂ ਖੋਲਦਾ ਕੋਈ। ਸਾਰੇ ਗੁਰੂਆਂ ਨੂੰ ਮੱਥਾ ਟੇਕ ਹਟਿਆ, ਜਦੋਂ ਨਿਰਾਸ਼ ਹੋ ਗਿਆ ਮੱਖਣ ਸ਼ਾਹ ਵੀ, ਇੱਥੇ ਤਾਂ ਪੂਰਾ ਕੋਈ ਵੀ ਨਹੀਂ ਹੈ, ਅਧੂਰੇ ਹੀ ਨੇ। ਸ਼ਾਮ ਨੂੰ ਮੱਖਣ ਸ਼ਾਹ ਪੁੱਛਦਾ, ਇੱਥੇ ਕੋਈ ਹੋਰ ਵੀ ਗੁਰੂ ਹੈਗਾ? ਉਹ ਕਹਿੰਦਾ ਹੈ ਤਾਂ ਸਹੀ, ਉਹ ਭੋਰੇ ਚ ਹੀ ਰਹਿੰਦੇ ਨੇ, ਸ਼ਾਮ ਨੂੰ ਕਦੇ ਕਦੇ ਘੋੜੀ ਤੇ ਚੜ ਕੇ ਬਾਹਰ ਨਿਕਲਦੇ ਨੇ, ਕਿਸੇ ਨਾਲ ਗੱਲਬਾਤ ਘੱਟ ਹੀ ਕਰਦੇ ਨੇ,
ਇਕਾਂਤ ਹੀ ਰਹਿੰਦੇ ਨੇ, ਲੋਕੀ ਤਾਂ ਉਹਨਾਂ ਦਾ ਨਾਮ ਹੀ ਅਧੂਰਾ ਜਿਹਾ ਲੈਂਦੇ ਨੇ। ਮੱਖਣ ਸ਼ਾਹ ਕਹਿੰਦਾ ਗੱਲ ਬਣ ਜਾਏਗੀ। ਮਾਤਾ ਗੁਜਰੀ ਜੀ ਬੈਠੇ ਆ ਭੋਰੇ ਦੇ ਅੱਗੇ। ਮੱਖਣ ਸ਼ਾਹ ਨੇ ਬੇਨਤੀ ਕੀਤੀ ਦਰਸ਼ਨ ਕਰਨੇ ਆ। ਛੋਟਾ ਜਿਹਾ ਭੋਰਾ ਮਸਾਂ ਥੱਲੇ ਉਤਰਿਆ। ਮੱਖਣ ਸ਼ਾਹ ਨੇ ਜਾ ਕੇ ਦੋ ਮੋਹਰਾਂ ਮਹਾਰਾਜ ਦੇ ਚਰਨਾਂ ਚ ਰੱਖੀਆਂ। ਮਹਾਰਾਜ ਚਾਦਰ ਲੈ ਕੇ ਬੈਠੇ ਸੀ ਉੱਤੇ। ਜਦੋਂ ਦੋ ਮੋਹਰਾਂ ਮੱਥਾ ਟੇਕ ਕੇ ਪਿਛਾਂ ਨੂੰ ਮੁੜਨ ਲੱਗਾ ਨਾ, ਮਾਰਨੇ ਦਾ ਚੋਲਾ ਫੜ ਕੇ ਆਖਿਆ, ਮੱਖਣ ਸ਼ਾਹ ਆ ਚਾਦਰ ਪਰਾਂ ਕਰ ਮੋਢੇ ਤੋਂ। ਉਹ ਜਹਾਜ਼ ਦੇ ਕਿੱਲ ਨਿਸ਼ਾਨ ਮੋਢੇ ਤੇ ਦਿਖਾਏ। ਕਹਿੰਦੇ ਜਦੋਂ ਤੇਰੀ ਜਾਨ ਖਤਰੇ ਵਿੱਚ ਸੀ ਉਦੋਂ ਕੀ ਅਰਦਾਸ ਕੀਤੀ ਸੀ? ਸਾਧ ਸੰਗਤ ਸੁੱਧ ਭੁੱਲ ਗਈ ਮੱਖਣ ਸ਼ਾਹ ਨੂੰ। ਮਹਾਰਾਜ ਕਹਿੰਦੇ ਮੱਖਣ ਸ਼ਾਹ ਤੇਰਾ ਕਾਰਜ ਰਾਸ ਹੋ ਗਿਆ, ਬਾਹਰ ਨਿਕਲ ਕੇ ਰੌਲਾ ਨਾ ਪਾਈ। ਜੇ ਰੌਲਾ ਪਾਏਗਾ ਤੇਰਾ ਮੂੰਹ ਕਾਲਾ ਹੋਏਗਾ ਪਰਲੋਕ ਦੇ ਵਿੱਚ। ਮੱਖਣ ਸ਼ਾਹ ਕਹਿੰਦਾ ਮੇਰੇ ਤੋਂ ਨਹੀਂ ਰਿਹਾ ਜਾਣਾ। ਹੁਣ ਬਾਹਰ ਨਿਕਲਿਆ, ਤਵਾ ਲੈ ਕੇ ਆਪਣਾ ਮੂੰਹ ਕਾਲਾ ਕੀਤਾ, ਪਹਿਲਾਂ ਪਰੇ ਤੇ ਚੜ ਗਿਆ, ਪੱਲੂ ਫੇਰ ਦਿੱਤਾ। ਪੱਲੂ ਫੇਰਦਾ ਨਾਲੇ ਉੱਚੀ ਉੱਚੀ ਕਹਿੰਦਾ, ਸੰਗਤਾਂ ਦਾ ਇਕੱਠ ਹੋ ਗਿਆ, ਸੱਤ ਦਾ ਸੂਰਜ ਚੜ ਗਿਆ, ਜਿਹੜੇ ਹਨੇਰੇ ਦੇ ਜਾਨਵਰ ਸੀ ਉੱਡ ਗਏ।